ਦੀ ਨਾ ਫੌਜ ਮਾਰਦੀ ਨਾ ਰੇਂਜਰ ਮਾਰਦੀ ਹੈ, ਦੁਸ਼ਮਣ ਫੌਜ ਵੀ ਆਉਂਦੀ ਹੈ, ਤੁਸੀਂ ਹੱਥ ਖੜੇ ਕਰਦੇ ਨੇ, ਬਸ ਹੁਣ ਤੁਹਾਨੂੰ ਅਸੀਂ ਕਹਿਣਾ ਕੁਛ ਨਹੀਂ, ਬੰਦਾ ਬੰਦੇ ਅੱਗੇ ਹੱਥ ਖੜੇ ਕਰ ਦੇਵੇ ਨਾ ਤੇ ਬੰਦਾ ਮਾਣ ਨਹੀਂ ਜਿਹੜਾ ਉਹਦੇ ਅੱਗੇ ਇੰਝ ਹੱਥ ਖੜੇ ਕਰਕੇ ਰਫਾ ਦੇਣ ਕਰਦਾ ਹੈ। ਅੱਲਾ ਨੂੰ ਆਂਦਾ ਮੌਲਾ ਮੇਰੇ ਬਾਰ ਬਾਰ ਹੱਥ ਖੜੇ ਹੀ। ਬਾਰ ਬਾਰ ਅੱਲਾ ਨੂੰ ਕੀ ਕਹਿੰਦਾ ਹੈ? ਪਹਿਲੋ ਝੁਕਦਾ ਮੈਂ ਦੱਸਣ ਲੱਗਾ, ਇੰਜ ਕਰਕੇ ਬੰਦਾ ਨਮਾਜ਼ ਪੜ੍ਹੀਏ, ਖੜਾ ਕੀਤੇ ਨੇ ਹੱਥ, ਰਕੂ ਚੱਲਾ, ਜਦੋਂ ਬੰਦਾ ਇੰਜ ਹਰਕਤ ਕਰਦਾ ਨਾ ਤੇ ਦੂਜਾ ਬੰਦਾ ਵਹਿੰਦਾ ਵੀ ਕੋਈ ਹਥਿਆਰ ਨਾ ਫੜੇ, ਇਹ ਰਕੂ ਚ ਜਾ ਕਹਿੰਦਾ ਮੈਂ ਝੁਕ ਗਿਆ ਹੀ, ਫਿਰ ਉੱਠ ਕੇ ਹੱਥ ਖੜੇ ਕਰਦਾ ਹੈ, ਅੱਲਾ ਮੇਰੇ ਦੂਰੀ ਵਰਾ ਹੱਥ ਖੜੇ। ਜਦੋਂ ਦੂਰੀ ਵਰਾ ਹੱਥ ਖੜੇ ਕਰਦਾ ਨਾ ਫਿਰ ਸਜਦੇ ਚਲੇ ਜਾਂਦਾ ਹੈ, ਅੱਲਾ ਆਉਂਦਾ ਹੈ ਫਰਿਸ਼ਤੇ ਹੋ ਆ ਸ਼ੈਤਾਨ ਆਉਂਦਾ ਸੀ ਨੇ ਤੈਨੂੰ ਆਕੜਨਾ ਹੈ, ਆਹਦੇ ਦੋ ਵਾਰਾ ਹੱਥ ਖੜੇ ਕਰੀ ਬੈਠਾ। ਤੇ ਜਦੋਂ ਦੂਸਰੀ ਰਕਤ 'ਚ ਜਾਂਦਾ ਹੈ ਨਾ ਤੇ ਫਿਰ ਅੱਲਾ ਆਉਂਦਾ ਹੈ ਤੇ ਚਾਰ ਵਾਰਾਂ ਕਰੀ ਬੈਠਾ ਹੈ, ਤੇ ਪਹਿਲੀ ਵਾਰਾਂ ਜਿਹੜਾ ਕੀਤਾ ਹੈ ਪੰਜ ਵਾਰਾਂ ਕਰੀ ਬੈਠਾ ਹੈ, ਜਦੋਂ ਫਿਰ ਅੱਤਾ ਹੀ ਹੱਥ ਚੁੜਦਾ ਨਾ ਫਿਰ ਹੱਥ ਖੜੇ ਕਰਦਾ ਹੈ ਨਾ, ਆਉਂਦਾ ਹੁਣ ਮੇਰੇ ਫਿਰ ਹੱਥ ਖੜੇ ਹੀ। ਬੇਨਿਆਜ਼ ਆਉਂਦਾ ਹੈ ਮੇਰੇ ਅੱਗੇ ਹੈਂਡਜ਼ੈਪ ਹੋਣ ਵਾਲੇ ਆ ਕਿ ਮੈਂ ਹੁਣ ਹਥਿਆਰ ਸੁੱਟ ਦਿੱਤੇ ਹੀ, ਮੈਂ ਨੱਕ ਵੀ ਰਗੜ ਦਿੱਤਾ ਹੀ, ਮੈਨੂੰ ਮਾਫ਼ ਕਰ ਦੇ। ਬੇਨਿਆਜ਼ ਆਉਂਦਾ ਮੈਂ ਸਲਾਮ ਫਿਰਨ ਤੇ ਇੱਧਰ ਸਲਾਮ ਫਿਰਦਾ ਹੈ ਨਾ ਤੇ ਮੈਂ ਮਾਫ਼ੀ ਦਾ ਕਲਮ ਫਿਰ ਦੇਣਾ। ਐਵੇਂ ਲੜਦੇ ਰਹਿੰਦੇ ਜੀ, ਇੰਜ ਨਹੀਂ ਕਰਨਾ ਚਾਹੀਦਾ, ਵੇਖੋ ਇੰਜ ਹੱਥ ਕੀਤੇ ਨੇ ਅੱਲਾਹੁ ਅਕਬਰ ਤੇ ਹੱਥ ਖੜੇ ਕਰਕੇ, ਮਤਲਬ ਅੱਲਾਹੁ ਅਕਬਰ ਕਿਉਂ ਕੀਤਾ ਹੈ? ਅੱਲਾਹੁ ਅਕਬਰ ਦਾ ਮਾਣਾ ਹੈ ਮੈਂ ਆਪਣੇ ਹਥਿਆਰ ਸੁੱਟ ਦਿੱਤੇ ਹੀ, ਡਾਡਾ ਤੇ ਸਿਰਫ ਤੂੰ ਹੀ ਹੈ, ਤੇਰੇ ਹਥਿਆਰ ਹੀ ਚੱਲਦੇ ਨੇ, ਮੇਰੇ ਹਥਿਆਰ ਤੇਰੇ ਅੱਗੇ ਹੁਣ ਮੈਂ ਸੁੱਟ ਦਿੱਤੇ। ਗੱਲ ਸਮਝ ਆ ਗਈ ਜੇ ਕਿ ਨਹੀਂ? ਕਿ ਅੱਲਾਹ ਅੱਗੇ ਜਦੋਂ ਬੰਦਾ ਝੁਕ ਜਾਂਦਾ ਹੈ, ਮੈਂ ਪੰਜਾਬੀ 'ਚ ਗੱਲ ਸਮਝਾ ਦੇਣਾ, ਹੋਰ ਗੱਲ ਸਮਝਾਵਾਂ, ਕੰਮ ਸਿੱਧਾ ਹੋਣ ਲੱਗਾ ਹੈ। ਕੋਈ ਨਾਨੀ ਕੋਲ ਬੈਠੀ ਸੀ ਧੀ ਤੇ ਆਉਂਦੀ ਹੈ, ਨਾਨੀ ਇੰਨੀ ਦੇਰ ਉਮਰ ਗੁਜ਼ਾਰੀ ਹੂ, ਮੈਨੂੰ ਕੋਈ ਕੰਮ ਦੀ ਗੱਲ ਹੀ ਦੱਸ ਦੇ, ਘਰ ਕਿਵੇਂ ਵੱਸਦਾ ਹੈ? ਤੇ ਨਾਨੀ ਆਉਂਦੀ ਹੈ 100 ਹੱਥ ਰੱਸਾ ਸਿਰੇ ਤੇ ਗੰਢ, ਮੈਂ ਬਹੁਤੀਆਂ ਨਹੀਂ ਜਾਣਦੀ, ਜੇ ਘਰ ਵਸਾਉਣਾ ਹੀ ਤੇ ਸਾਈਂ ਤੇ ਖਸਮ ਨਾਲ ਬਣਾ ਕੇ ਰੱਖੀ, ਆਪਣੇ ਸਿਰ ਦੇ ਸਾਈਂ ਨਾਲ ਖਸਮ ਨਾ ਬਣਾ ਕੇ ਰੱਖੀ। ਉਹ ਚੱਲਿਆ ਮਾਈ ਨੇ ਉਮਰ ਗੁਜ਼ਾਰ ਕੇ ਨਿਚੋੜ ਕੱਢਿਆ ਹੈ, ਖਸਮ ਨਾਲ ਬਣਾਈ ਹੋਵੇ ਤੇ ਘਰ ਉੱਜੜਦਾ ਨਹੀਂ, ਜਿਹੜਾ ਸਾਰੀ ਕਾਇਨਾਤ ਦਾ ਸਾਈਂ ਤੇ ਮਾਲਕ ਹੈ। ਉੱਚੀ ਬੋਲੋ, ਗੱਲ ਨਹੀਂ ਸਮਝੇ? ਓਏ ਪੰਜ ਮਰਲੇ ਦੇ ਮਾਲਕ ਨਾਲ ਬਣਾਈ ਹੋਵੇ ਬੁੜੀ ਨੇ ਤੇ ਪੂਰਾ ਮੱਲਾ ਜਾੜਨ ਵਾਲਾ ਹੋਵੇ ਤੇ ਉਹ ਨਹੀਂ ਉੱਜੜਨ ਦਿੰਦਾ ਜਿਹੜਾ ਸਾਰੀ ਜ਼ਮੀਨ ਦਾ ਮਾਲਕ ਹੈ, ਉਹਦੇ ਨਾਲ ਬਣਾਈ ਹੋਵੇ ਤੇ ਉੱਜੜਨ ਦਊ? ਉੱਚੀ ਬੋਲੋ, ਉਹ ਨਹੀਂ ਉੱਜੜਨ ਦਊ। ਅੱਛਾ ਅੱਲਾ ਆ ਮੇਰੇ ਕੋ ਹੱਥ ਨਹੀਂ ਫਾਲਜ ਨਾਲ ਚਕੀਂਦੇ, ਇੱਥੋਂ ਗੱਲ ਪੁੱਜੀ ਸੀ ਨਾ? ਅੱਲਾ ਆਂਦਾ ਚੱਲ ਕੋਈ ਨਹੀਂ, ਧੌਣ ਦੇ ਇਸ਼ਾਰੇ ਨਾਲ ਪੜ ਲਾ। ਅੱਲਾ ਮੇਰੀ ਧੌਣ ਵੀ ਨਹੀਂ ਹਲਦੀ, ਪੱਠੇ ਕਮਜ਼ੋਰ ਹੋ ਗਏ। ਅੱਲਾ ਆਂਦਾ ਅੱਖਾਂ ਦੇ ਇਸ਼ਾਰੇ ਨਾਲ ਪੜ ਲਾ। ਮੌਲਾ ਮਾਫ਼ੀ ਨਹੀਂ? ਨਹੀਂ ਮਾਫ਼ੀ ਨਹੀਂ। ਮੌਲਾ ਅੱਖਾਂ ਵੀ ਨਹੀਂ ਹਲਦੀਆਂ? ਅੱਲਾ ਆਂਦਾ ਦਿਮਾਗ ਦੇ ਇਸ਼ਾਰੇ ਨਾਲ ਪੜ ਲਾ। ਮੌਲਾ ਗੁਜ਼ਾਰਾ ਨਹੀਂ? ਅੱਲਾ ਆਂਦਾ ਜਿੰਨਾ ਚਿਕਰ ਦਿਨ ਤੇ ਰਾਤ ਦੇ ਫਰਕ ਦਾ ਪਤਾ ਹੀ, ਦੁੱਧ ਤੇ ਪਾਣੀ ਦੇ ਫਰਕ ਦਾ ਪਤਾ ਹੀ, ਪਲਾਕੀ ਤੇ ਪਲੀਤੀ ਦੇ ਫਰਕ ਦਾ ਪਤਾ ਹੀ, ਤੈਨੂੰ ਨਮਾਜ਼ ਪੜ੍ਹਨੀ ਪੈ ਗਈ। ਬੋਲੋ, ਤੈਨੂੰ ਨਮਾਜ਼ ਪੜ੍ਹਨੀ ਪੈ ਕਿੰਨੀ? ਅਜੇ ਵੀ ਮਸਲਾ ਨਖੇੜਾ ਕਰ ਜਾ, ਪੁੱਛ ਹੋਣੀ ਹੈ ਫਜਰ ਦੇ ਦੋ ਫਰਜ਼ਾਂ ਦੀ, ਕਿਹਦੀ ਪੁੱਛ ਹੋਣੀ ਹੈ? ਸੁਨਤਾਂ ਪੜ੍ਹ ਲਵੇਂ ਤੇ ਨਵੀ ਪਾ ਨੇ ਕਿਹਾ ਜ਼ਮੀਨ ਸਮਾਨ ਦੇ ਦਰਮਿਆਨ
ਤੇਰੇ ਗੁਨਾਹ ਹੁਣ ਸਮੁੰਦਰ ਦੀ ਝੱਗ ਬਰਾਬਰ ਵੀ ਅੱਲਾ ਮਾਫ ਕਰ ਦੇਵੇਗਾ। ਫਜ਼ਰ ਦੀਆਂ ਸੁਨਤਾਂ ਪੜ੍ਹ ਲਓ, ਤੁਹਾਨੂੰ ਪੁੱਛ ਨਹੀਂ ਹੋਣੀ, ਪੜ੍ਹ ਲਵੋ, ਇਹ ਨਹੀਂ ਪੁੱਛ ਹੋਣੀ ਕਿਉਂ ਪੜ੍ਹੀਆਂ, ਤੇ ਜੇ ਨਾ ਪੜ੍ਹੋ ਤੇ ਪੁੱਛ ਨਹੀਂ ਹੋਣੀ ਕਿਉਂ ਨਹੀਂ ਪੜ੍ਹੀਆਂ, ਕਿਉਂਕਿ ਅੱਲਾ ਨੇ ਸਿਰਫ ਫਰਜ਼ਾਂ ਦਾ ਪੁੱਛਣਾ ਹੈ। ਸੁਨਤਾਂ ਜਿਹੜੀਆਂ ਤੂੰ ਪੜ੍ਹਨੀਆਂ ਨੇ ਆਪਣੇ ਫਾਇਦੇ ਲਈ ਪੜ੍ਹਨੀ ਹੈ, ਕਿ ਕੋਈ ਕਮੀ ਰਹਿ ਗਈ ਤੇ ਅੱਲਾ ਨੇ ਉਹ ਸੁਨਤਾਂ ਪਾ ਕੇ ਨੇਕੀ ਪੂਰੀ ਕਰ ਦੇਣੀ। ਦੋ ਫਰਜ਼ਾਂ ਦੀ ਪੁੱਛ ਹੋਣੀ, ਪੇਸ਼ੀ ਵਾਲੇ ਅੱਲਾ ਦਾ ਮੈਂ ਚਾਰ ਫਰਜ਼ਾਂ ਦਾ ਪੁੱਛਣਾ, ਦੀਗਰ ਵਾਲੇ ਚਾਰ ਫਰਜ਼ਾਂ ਦਾ, ਮਗਰਬ ਵਾਲੇ ਤਿੰਨ ਫਰਜ਼ਾਂ ਦਾ, ਈਸ਼ਾ ਵਾਲੇ ਚਾਰ ਫਰਜ਼ਾਂ ਦਾ। ਯਾ ਅੱਲਾ ਥੋੜ੍ਹਾ ਜਿਹਾ ਮਿਹਰਬਾਨ ਤੇ ਹੋ, ਸਫ਼ਰ ਕਰਨੇ ਆ, ਆਹ ਹਵੇਲੀ ਵਾਲੀ ਸੜਕ ਜਿਵੇਂ ਕੁੱਤਿਆਂ ਰਜਾਈ ਪਾੜੀ ਹੁੰਦੀ ਹੈ, ਖੁੱਚਾਂ ਹਿੱਲ ਜਾਂਦੀਆਂ ਨੇ ਇੱਥੇ ਆਉਂਦੀਆਂ, ਅਤੇ ਥੋੜ੍ਹਾ ਜਿਹਾ ਰਾਇਤ ਹੀ ਦੇ ਦੇ, ਨਮਾਜ਼ ਤਾਂ ਹੀ ਹੁਣ ਪੜ੍ਹਨੀ ਪੜ੍ਹਨੀ। ਅੱਲਾ ਆਉਂਦਾ ਚੱਲ ਸਵੇਰ ਦੇ ਦੋ ਹੀ ਰਹਿਣ ਦੇ, ਅਤੇ ਪੇਸ਼ੀ ਵਾਲੇ ਅੱਲਾ ਸਵੇਰ ਦੇ ਦੋਵਾਂ 'ਚੋਂ ਇੱਕ ਕਿਉਂ ਨਹੀਂ ਕੀਤਾ? ਅੱਲਾ ਆਉਂਦਾ ਤੂੰ ਈਸ਼ਾ ਪੜ੍ਹ ਕੇ ਸੁੱਤਾ ਹੈ, ਤੇਰੀ ਥਕਾਵਟ ਸਾਰੀ ਲੱਥੀ ਹੈ, ਹੁਣ ਏਡਾ ਵੀ ਨਾ ਆਲਕ ਕਰ, ਕਿਉਂ ਥੱਕਿਆ ਵੀ ਨਹੀਂ ਤੇ ਆਨਾ ਇੱਕ ਕਰ ਦੇ। ਓਏ ਗੱਲ ਸਮਝ ਆਈ ਕਿ ਨਹੀਂ? ਆ ਜਿਹੜੇ ਫਜ਼ਰ ਦੇ ਦੋ ਨੇ ਨਾ, ਇਹ ਇੱਕ ਕਿਉਂ ਨਹੀਂ ਕੀਤਾ? ਸਫ਼ਰ ਚਾਰ ਨਮਾਜ਼ ਘਟਾਈ ਸੂ, ਕਿਉਂ? ਸੁਣੋ ਕਿ ਰਾਤ ਬੰਦਾ ਜਦੋਂ ਸੌਂਦਾ ਲੱਕ ਸਿੱਧਾ ਹੋ ਜਾਂਦਾ ਕਿ ਨਹੀਂ? ਆਹ ਕੱਪੀਆਂ ਤੋਂ ਲੰਘੀਏ, ਬੋਲੋ ਓਏ। ਆਹ ਅੱਲਾ ਜਾਣਦਾ ਹੈ, ਇਜ਼ਰਾਈਲ ਇੱਕ ਕਿਲੋਮੀਟਰ ਨਹੀਂ ਤੁਰਨ ਦਿੰਦਾ ਤੇ ਪਿਛਾਂ ਨੂੰ ਮੋੜ ਦਿੰਦਾ ਹੈ। ਇਸ ਇਲਾਕੇ ਦਾ ਵਜ਼ੀਰੇ ਅੱਲਾ ਰਿਹਾ ਹੈ, ਪਰ ਦੀਵੇ ਥੱਲੇ ਹਨੇਰਾ ਹੀ ਰਿਹਾ ਹੈ। ਹੈਂ, ਦੀਵੇ ਥੱਲੇ ਹਨੇਰਾ ਹੀ ਰਿਹਾ ਹੈ? ਹਾਏ 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 ਹਾਏ। ਇਹਦਾ ਤਰਜਮਾ ਮੈਂ ਇੰਜ ਕਰਨਾ ਹੈ, ਸੁਣੋ ਜ਼ਰਾ ਧਿਆਨ ਨਾਲ, ਜਿੰਨੇ ਤੁਸੀਂ ਬੈਠੇ ਜੇ, ਜਿੱਥੇ ਹੋਵੇ ਇੱਕ ਕਮਲਾ ਉਹਨੂੰ ਸਮਝਾਵੇ ਵਿਹੜਾ, ਜਿੱਥੇ ਹੋਵੇ ਵਿਹੜਾ ਕਮਲਾ ਉਹਨੂੰ ਸਮਝਾਵੇ ਕਿਹੜਾ। ਜਿੱਥੇ ਸਿਆਣਿਆਂ ਨੂੰ ਨਹੀਂ ਸਮਝ ਆਈ ਕਿ ਮੈਂ ਵਜ਼ੀਰੇ ਵਾਲਾ ਰਹਿ ਕੇ ਕੋਈ ਸੜਕ ਹੀ ਬਣਾ ਲਾਂ, ਆ ਹਵੇਲੀ ਜਾਂਦਿਆਂ ਤੱਕ ਨਾ ਵਸਾਵੇ ਵਾਲੇ 'ਚ ਇੰਨਾ ਪਾਣੀ ਖਲੋਤਾ ਹੁੰਦਾ, ਉੱਥੇ ਗੁਨਾਹ ਹੀ ਬਖਸ਼ੇ ਜਾਂਦੇ ਨੇ, ਲੰਘਣ ਲੱਗ। ਹਾਂਜੀ, ਮੈਂ ਸੱਚੀ ਗੱਲ ਕਰ ਰਿਹਾ। ਅੱਛਾ, ਗੱਲ ਬੜੀ ਵੱਡੀ ਸੁਣੋ। ਹੁਣ ਬੰਦੇ ਨੇ ਦੋ ਫਰਜ਼ ਪੜ੍ਹ ਲਏ, ਹੁਣ ਪੇਸ਼ੀ ਤੱਕ ਇਹਨੇ ਥੋੜ੍ਹਾ ਵਾਇਆ, ਮੌਲਵੀ ਸਫ਼ਰ ਕੀਤਾ, ਸੈਫੁੱਲਾ ਆਬਦ ਸਾਹਿਬ ਜਮਾਤ ਦੇ ਕੰਮ ਕੀਤੇ, ਤਾਇਆ ਬੀਬੁੱਲਾ ਦੁੱਧ ਲੈਣ ਗਿਆ, ਸਬਜ਼ੀ ਲੈਣ ਗਿਆ। ਬੁੱਢੇ ਬੰਦੇ ਇਹੋ ਕੰਮ ਹੀ ਕਰ ਦੇਣ? ਬੋਲੋ, ਸਬਜ਼ੀ ਲੈਣ ਦੀ, ਦੁੱਧ ਲੈਣ ਦਾ, ਬੋਲੋ ਇਹੋ ਕੁਛ ਹੀ। ਅਤੇ ਜਿਹੜੇ ਬਾਬੇ ਕੋਈ ਕੰਮ ਨਾ ਲੱਭੇ, ਉਹ ਮਸੀਤੇ ਮੌਲਵੀ ਦੀ ਪੂਛਲ ਚੁਕਾ ਦਿੰਦੇ ਨੇ, ਉਹਨਾਂ ਨੂੰ ਵੀ ਕੰਮ ਹੈ ਬੜਾ। ਬੋਲੋ, ਮੌਲਵੀ ਦੋ ਮਿੰਟ ਲੇਟ ਹੋਵੇ ਉਹਦੇ 'ਤੇ ਵੀ ਸਵਾਰੀ ਹੁੰਦੀ ਹੈ। ਮੈਂ ਸੱਚੀ ਗੱਲ ਕਰ ਰਿਹਾ। ਅੱਛਾ ਬਈ, ਬਾਬੇ ਥੱਕੇ ਨੇ, ਲੋਕ ਸਬਜ਼ੀ ਵੇਚ ਕੇ ਥੱਕੇ, ਦੁੱਧੀ ਦੁੱਧ ਢੋ ਕੇ ਵਾਪਸ ਆਉਂਦਾ ਥੱਕਿਆ ਹੁੰਦਾ। ਬੋਲੋ, ਕੈਣੀਆਂ ਦਾ ਵਜ਼ਨ ਬੜਾ ਹੁੰਦਾ, ਮੋਟਰਸਾਈਕਲ ਚਲਾਉਣੀ ਬੜੀ ਔਖੀ ਹੁੰਦੀ। ਅੱਲਾ ਸੋਹਣਿਆ, ਵਕੀਲ, ਉਹ ਵਕੀਲ ਨਹੀਂ ਆਇਆ ਅੱਜ? ਚੰਨ ਸੀ ਵਕੀਲ ਦਾ, ਕੀ ਨਾਂ ਜਿਹਨੂੰ ਮਿਲਾਇਆ ਸੀ ਇੱਥੇ? ਆ ਡੌਲੇ, ਆ ਸ਼ੈਬ ਉੱਲਾ ਵਕੀਲ ਆਂਦਾ, ਮੌਲਾ ਮੈਂ ਸਾਰਾ ਦਿਨ ਦਾਲ 'ਚ ਰਿਹਾ। ਅੱਲਾ ਆਂਦਾ, ਚੱਲ ਹੁਣ ਪੇਸ਼ੀ ਵੇਲੇ ਤੂੰ ਥੱਕ ਗਿਆ, ਤੂੰ ਸਫ਼ਰ ਦੇ ਵਿੱਚ, ਹੁਣ ਤੂੰ ਦੋ ਫਰਜ਼ ਪੜ੍ਹ ਲਾ। ਕਿੰਨੇ ਹੋ ਗਏ? ਕਿਸ ਵਜ੍ਹਾ ਤੋਂ? ਥਕਾਵਟ ਤੋਂ। ਅੱਲਾ ਨੇ ਦੋ ਘਟਾ ਤੇ। ਹੁਣ ਡੀਗਰ ਵਾਲੇ ਬੰਦਾ ਹੋਰ ਥੱਕਿਆ ਹੁੰਦਾ, ਅੱਲਾ ਦਾ ਚੱਲੇ ਵੀ ਦੋ ਕਰ ਲਾ, ਪਰ ਡੀਗਰ ਵਾਲੇ ਤੋਂ ਬਾਅਦ ਬੰਦਾ ਰੋਟੀ ਖਾ ਕੇ ਨਾ ਫਰੈਸ਼ ਹੋ ਜਾਂਦਾ ਹੈ, ਅਤੇ ਅੱਲਾ ਦਾ ਹੁਣ ਤਿੰਨ ਪੂਰੇ ਹੀ ਕਰਨੇ। ਉੱਚੀ ਬੋਲੋ ਵੀ, ਹੁਣ ਤੇਰੇ ਸਾਹ 'ਚ ਸਾਹ ਪੂਰੇ ਹੋ ਗਏ ਨੇ ਹੁਣ ਤਿੰਨ, ਅਤੇ ਫਿਰ ਜਦੋਂ ਮਗਰਬ ਪੜ੍ਹ ਲੈਂਦਾ ਨਾ, ਇਹ ਮੁਸਾਫਰ ਹੁੰਦਾ ਹੈ, ਥੱਕਿਆ ਹੁੰਦਾ ਹੈ, ਅੱਲਾ ਦਾ ਤੈਨੂੰ ਨੀਂਦ ਵੀ ਹੋਣ ਆ ਰਹੀ ਹੈ, ਚੱਲ ਈਸ਼ਾ ਦੇ ਦੋ ਪੜ੍ਹ ਲਾ। ਵਿਤਰਾਂ ਦੀ ਵੀ ਪੁੱਛ ਨਹੀਂ ਹੋਣੀ, ਜੇ ਹਜ਼ਰਤ ਸਾਹਿਬ ਬੈਠੇ ਪੁੱਛ ਲਓ,
ਪੁੱਛ ਸਿਰਫ ਫਰਜ਼ਾਂ ਦੀ ਆਉਣੀ ਹੈ, ਉੱਚੀ ਬੋਲੋ ਕਿਹਦੀ ਆਉਣੀ ਹੈ? ਹੁਣ ਕਲਮਾ ਪੜ੍ਹ ਕੇ ਦੱਸੋ, ਜਿਹੜਾ ਰੱਬ ਸਫ਼ਰ ਚਾਹੁੰਦਾ ਹੈ, ਹੋਰ ਰਹਿਤ ਲੈ ਲਓ, ਅੱਲਾ ਹਵੇਲੀ ਜਾਂਦਿਆਂ ਟੋਏ ਟਿੱਬੇ ਆਉਂਦੇ ਨੇ, ਗੱਡੀ ਹੌਲੀ ਕਰਕੇ ਨਮਾਜ਼ ਥੱਲੇ ਪੜ੍ਹਨ ਆਈਏ, ਲੋਕ ਕਿਤੇ ਡਾਕਾ ਹੀ ਨਾ ਮਾਰ ਲੈਣ। ਗੱਡੀ ਖਿਲਾਰ ਕੇ ਜੋ ਬੰਦਾ ਨਮਾਜ਼ ਪੜ੍ਹੇ, ਫਰਜ਼ ਨਮਾਜ਼ ਜ਼ਮੀਨ 'ਤੇ ਪੜ੍ਹਨੀ ਚਾਹੀਦੀ ਹੈ ਨਾ। ਪਰ ਅੱਲਾ ਨੇ ਫਿਰ ਆਪਣੇ ਨਬੀ ਕੋਲੋਂ ਇਹ ਵੀ ਕੰਮ ਕਰਵਾਤਾ, ਥੱਲੇ ਮੀਂਹ ਪਿਆ ਸੀ, ਬਾਰਿਸ਼ ਦੀ ਮੌਜ ਨਹੀਂ ਜੇ ਗਾਰ ਨਾ ਹੋਵੇ, ਭਰਾਵਾਂ ਜੀ ਮੌਜ ਨਹੀਂ ਜੇ ਖਾਰ ਨਾ ਹੋਵੇ, ਥੱਲੇ ਚਿੱਕੜ ਸੀ ਅਤੇ ਨਬੀ ਪਾ ਨੇ ਊਂਠ 'ਤੇ ਬਹਿ ਕੇ ਨਮਾਜ਼ ਪੜ੍ਹ ਲਈ। ਸਾਡੇ ਵਾਸਤੇ ਇੱਕ ਅਦਾ ਬਣ ਗਈ ਕਿ ਸਵਾਰੀ 'ਤੇ ਵੀ ਫਰਜ਼ ਪੜ੍ਹ ਸਕਦਾ ਹੈ। ਅੱਲਾ ਆਉਂਦਾ ਜੇ ਤੈਨੂੰ ਸ਼ੱਕ ਹੈ ਨਾ ਕਿ ਰਾਹ 'ਚ ਗੱਡੀ ਖਿਲਾਰ ਕੇ ਨਮਾਜ਼ ਪੜ੍ਹਨ ਲੱਗਿਆ ਕੋਈ ਡਾਕੂ ਹਮਲਾ ਨਾ ਕਰ ਦੇਣ, ਅੱਲਾ ਆਉਂਦਾ ਚੱਲਦੀ ਸਵਾਰੀ 'ਤੇ ਪੜ੍ਹ ਲਾ, ਮੈਂ ਕਬੂਲ ਕਰ ਲਾਂ। ਹੁਣ ਗੱਲ ਸਮਝ ਆ ਗਈ ਹੈ, ਪੱਕੀ ਗੱਲ ਨੇ। ਕਿੰਨੇ ਬੰਦੇ ਵਾਅਦਾ ਕਰਦੇ ਜੇ ਕਿ ਅਸੀਂ ਆਪਣੀਆਂ ਬੀਵੀਆਂ, ਜਿਹੜੇ ਬੁੱਢੇ ਬੰਦੇ ਨੇ ਜਿਨ੍ਹਾਂ ਦੀਆਂ ਨਹੀਂ ਹੈਗੀਆਂ, ਵੀ ਵਾਅਦਾ ਕਰ ਲਓ ਅੱਲਾ ਖੈਰ ਦੇ ਦੇਵੇਗਾ ਇਨਸ਼ਾਅੱਲਾ। ਆਹ ਜਿਹੜੇ ਨੌਜਵਾਨ ਬੈਠੇ, ਵੀ ਵਾਅਦਾ ਕਰੋ ਫਜਰ ਨੂੰ ਬੱਚਿਆਂ ਨੂੰ ਕੰਬਲ ਲਾ ਕੇ ਈਸ਼ਾ ਦੀ ਨਮਾਜ਼ ਜਦੋਂ ਪੜ੍ਹ ਕੇ ਸੌਣ ਲੱਗਣ ਨਾ, ਇਹ ਨਹੀਂ ਕਹਿਣਾ ਕਿ ਤੁਸੀਂ ਸਕੂਲ ਜਾਣਾ ਹੈ। ਜਦੋਂ ਬੱਚੇ ਨਾ ਨਾ ਸੌਣ, ਅਤੇ ਮਾਂ ਅਤੇ ਪਿਓ ਦਾ ਇੱਕੋ ਹੀ ਲਫ਼ਜ਼ ਹੋਣਾ ਚਾਹੀਦਾ, ਛੇਤੀ ਸੌਂ ਜਾਓ ਹੈ, ਸਵੇਰੇ ਫਜਰ ਪੜ੍ਹਨੀ ਹੈ ਉੱਠ ਕੇ। ਇਹ ਨਹੀਂ ਕਹਿਣਾ ਕਿ ਸਕੂਲੇ ਜਾਣਾ ਹੈ, ਕੀ ਕਹਿਣਾ ਹੈ? ਉੱਚੀ ਬੋਲੋ, ਫਜਰ ਪੜ੍ਹਨੀ। ਅਤੇ ਫਿਰ ਜਦੋਂ ਬੱਚੇ ਫਜਰ ਪੜ੍ਹ ਕੇ ਸੌਣ ਲੱਗਣ, ਨਾ ਪੁੱਤ ਕੁਰਾਨ ਪੜ੍ਹਨਾ, ਕੁਰਾਨ ਦੀ ਤਿਲਾਵਤ ਕਰਨੀ। ਜਿਸ ਘਰ 'ਚ ਜਾਦੂ ਆ ਟੂਣਾ ਆ, ਸਦ ਭੁਗਤ ਸੁਣੋ, ਮੈਂ ਮਸਲਾ ਦੱਸਦਾ। ਜਿਸ ਘਰ 'ਚ ਜਾਦੂ ਹੈ, ਸੂਰਤ ਬਕਰਾ ਦੀ ਤਿਲਾਵਤ ਕਰੋ, ਕੋਲ ਆਉਜ਼ ਬਿਰੱਬਿਨ ਨਾਸ, ਸੂਰਤ ਫਲਕ ਪੜ੍ਹੋ, ਸੁਣ ਲਓ ਐਤਲ ਕੁਰਸੀ ਪੜ੍ਹੋ, ਸੂਰਤ ਮੁਲਕ ਸੂਰਜ ਸਜਦਾ ਰਾਤ ਨੂੰ ਪੜ੍ਹ ਕੇ ਸਵੋ, ਜਾਦੂ ਜੜ੍ਹਾਂ ਤੋਂ ਮੁੱਕ ਜਾਏਗਾ, ਤੇਰੇ ਘਰ 'ਚ ਜਾਦੂ ਦੇ ਅਸਰ ਮੁੱਕ ਜਾਣਗੇ। ਆਪਣੇ ਘਰਾਂ 'ਚ ਸੁਬਹਾ ਸ਼ਾਮ ਦੇ ਅਜ਼ਕਾਰ ਪੜ੍ਹਿਆ ਕਰੋ, ਦੁਆ ਪੜ੍ਹ ਕੇ ਤੁਰਿਆ ਕਰੋ। ਜਿਹਦਾ ਕੰਮ ਬੜੀ ਦੇਰ ਦਾੜਿਆ ਹੋਵੇ, ਮੇਰੇ ਕੋਲ ਸਹਿਨ ਕਰਾ ਲਓ, ਉਹ ਦਰੂਦੇ ਇਬਰਾਹੀਮੀ ਕਸਰਤ ਨਾਲ ਪੜ੍ਹਨ ਲੱਗ ਪਏ, ਅੱਲਾ ਬੇਨ ਮੰਗਿਆ ਸਭ ਕੁਛ ਅਤਾ ਕਰ ਦੇਵੇਗਾ। ਇਹ ਅੱਜ ਕਾ ਪ੍ਰੋਗਰਾਮ ਆਪਕੋ ਲਾਮਾ ਨਾਸਰ ਮਦਨੀ ਅਫੀਸ਼ਲ ਚੈਨਲ ਯੂਟਿਊਬ 'ਤੇ ਮਿਲੇਗਾ। ਮੈਂ ਦੁਆ ਕਰਾਉਣੀ ਸੀ ਆਪ, ਪਰ ਮੈਂ ਸੈਫੁੱਲ ਆਪ ਸਭ ਨੂੰ